ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਐਜੂਮੈਟ ਕੀ ਸੋਲੂਸ਼ਨ ਤੇ এডੂਕੇਸ਼ਨ ਸੰਬੰਧੀ ਪ੍ਰਾਈਵੇਟ ਪੋਸਟਾਂ ਸੰਬੰਧੀ ਸਰਕਾਰੀ ਪੋਸਟਾਂ ਸੰਬੰਧੀ ਕੋਈ ਵੀ ਤਰ੍ਹਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਵੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ। ਅੱਜ ਵੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਿਹੜੀ ਜ਼ਰੂਰੀ ਸੂਚਨਾ ਆਈ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਜਿਹਦੇ ਵਿੱਚ ਲਿਖਿਆ ਹੋਇਆ ਕੰਟਰੋਲਰ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਪੱਤਰ ਨੰਬਰ 3871 COE 2310 2000 ਦੀ ਲਗਾਤਾਰ ਦੇ ਸਬੰਧ ਚ 2020 ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਆਨਲਾਈਨ ਜਮ੍ਹਾਂ ਕਰਵਾਉਣ ਲਈ ਬਿਨਾਂ ਲੇਟ ਫੀਸ ਅੰਤਮ ਮਿਤੀ ਜਿਹੜੀ ਉਹ 30 10 ਤੱਕ ਤੋਂ ਵਧਾ ਕੇ 4 11 ਤੱਕ ਕਰ ਦਿੱਤੀ ਗਈ ਆ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਭਰਨ ਦਾ ਅਗਲਾ ਸ਼ਡਿਊਲ ਯੂਨੀਵਰਸਿਟੀ ਵੱਲੋਂ ਪਹਿਲੇ ਹੀ ਦਿਨ ਦਾ ਸ਼ਡਿਊਲ ਅਨੁਸਾਰ ਰਹੇਗਾ ਤੇ ਜਿਹੜੇ ਕੈਂਡੀਡੇਟਾਂ ਨੇ ਹੁਣ ਤੱਕ ਅਜੇ ਆਪਣੇ ਪ੍ਰੀਖਿਆ ਫਾਰਮ ਨਹੀਂ ਭਰੇ ਉਹ ਆਪਣੇ ਭਰ ਸਕਦੇ ਨੇ ਕਿ 4 11 2020 ਤੱਕ ਬਿਨਾ ਲੇਟ ਫੀਸ ਤੋਂ ਉਸ ਤੋਂ ਬਾਅਦ ਲੇਟ ਫੀਸ ਲੱਗੂਗੀ ਅਕੋਰਡਿੰਗ ਟੂ ਪਹਿਲਾ ਵਾਲੇ ਸ਼ਡਿਊਲ ਦੇ ਅਨੁਸਾਰ ਤੇ ਦੋਸਤੋ ਇਸ ਤਰ੍ਹਾਂ ਦੀਆਂ ਕੋਈ ਵੀ ਨਵੀਂ ਨਿਊਜ਼ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਮਿਲਦੇ ਆ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਤਾਂ ਲਈ ਜਿਹੜੇ ਬੱਚਿਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਨ ਥੈਂਕ ਯੂ